गुरु कर साड़ी अथा श्रद्धा प्रेम का प्रतीक ने। गुरु घर जाद ही सानू एक अजीब जी शांति महसूस होंगी है। सानू लगता है कि साढ़े सारे दुख तकलीफ इत्थे खंडे जाने ने। खुशियां दे विच अरदास दा केंद्र है गुरु घर। गुरु घर के अंदर एंटर होंदिया सानू बड़िया अलौकिक चीज़ा मिलदियां ने। गुरु घर दियां साजो सजावट दियां चीज़ा गुरु घर दे विच लगे हुए चंदोआ साहब ते धन श्री गुरु ग्रंथ साहिब जी ते सुशोभित रुमाला साहिब। कई कई बार लगता है कि जिहड़े इन्हां दी मीनाकारी करदे ने उन्हां नूं भी शायद गुरु घरां दा आशीर्वाद है, नहीं ते इन्नी सोहणी मीनाकारी इन्ने सोहणे तरीके दे नाल कौन कर सकदा। चंदोआ साहिब देख के तुहाडा दिल करदा है कि वाह, एक किते ना किते उह सारियां चीज़ां जिहड़ियां ब्रह्मांड दे विच है इन्हां नूं दर्शाउंदियां नज़र आउंदियां ने। ते मेरे दिमाग दे विच अक्सर चलदा सी कि कौन इन्हां नूं बणाउंदा। सो गुरु घरां दी इह अमुल्ली चीज़ बारे अज तुहानूं पूरी जानकारी देवांगे। मैं ते मेरी टीम पटियाला दे विच हां। पटियाला इन्हां हत्थी कीर्तियां दे बारे जाणिया जांदा है। ते हत्थी कीर्तियां नूं कौन मैनेज करदा, किदां गुरु घरां दे लई चंदोआ साहिब रुमाला साहिब तैयार हुंदे ने, ते उस तों बाद किवें गुरु घरां दे विच जांदे ने। असी शुरुआत की गुरद्वारा दुख निवारण साहब जी तो, जिथे कि रुमाला साहब जड़े ने जां चंदोआ साहब ने वो एक फेमस दुकान तो आते हैं। जिन्हों भी पुछते सके वो कहें जे तुसी इना बारे गल करनी है, जानना चाहते हैं तो इतने चले जाओ। सो ये छोटा जा उपराला तुहाडे सारिआं ते लई। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀ ਵੀ, ਮੈਂ ਚੰਦਰ ਸਿੰਘ ਖਹਿਰਾ। ਇੱਕ ਆਮ ਜਿਹਾ ਸਵਾਲ ਸਾਡੇ ਸਾਰਿਆਂ ਦੇ ਜ਼ਹਿਨ ਦੇ ਵਿੱਚ ਹੁੰਦਾ ਹੈ ਕਿ ਗੁਰੂ ਘਰਾਂ ਦੇ ਲਈ ਦਮਾਲਾ ਸਾਹਿਬ ਜਾਂ ਫਿਰ ਗੁਰੂ ਘਰਾਂ ਲਈ ਰੁਮਾਲਾ ਸਾਹਿਬ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਕਿਵੇਂ ਅਤੇ ਕਿਸ ਤਰੀਕੇ ਬਣਦੀਆਂ ਨੇ। ਅੱਜ ਅਸੀਂ ਉਸ ਵਰਕਸ਼ਾਪ ਪਹੁੰਚ ਗਏ ਜਿੱਥੇ ਤੁਹਾਨੂੰ ਦਿਖਾਵਾਂਗੇ ਕਿ ਪੂਰੇ ਪੰਜਾਬ ਦੇ ਵਿੱਚ ਗੁਰੂ ਘਰਾਂ ਦੇ ਲਈ ਰੁਮਾਲਾ ਸਾਹਿਬ ਬਣਦੇ ਨੇ, ਚੰਦੋਆ ਸਾਹਿਬ ਕਿਵੇਂ ਬਣਦੇ ਨੇ, ਔਰ ਇਹਨਾਂ ਦੇ ਲਈ ਰਹਿਤ ਮਰਿਆਦਾ ਕਿਵੇਂ ਰੱਖੀ ਜਾਂਦੀ ਹੈ। ਪਟਿਆਲਾ ਸ਼ਹਿਰ ਦੇ ਵਿੱਚ ਹਾਂ ਮੈਂ, ਔਰ ਇੱਕ ਮਸ਼ਹੂਰ ਹੈ ਗੁਰੂ ਘਰ ਦੇ ਲਈ ਜਿਹੜੇ ਸਮਾਨ ਬਣਦੇ ਉਹਨਾਂ ਦੇ ਲਈ। ਸੋ ਸਦਾਨਾ ਬ੍ਰਦਰਸ ਦੀ ਇਹ ਵਰਕਸ਼ਾਪ ਹੈ ਜਿੱਥੇ ਮੈਂ ਆਇਆ, ਅਤੇ ਗੁਰਮੀਤ ਸਿੰਘ ਸਦਾਨਾ ਜਿਹੜੇ ਅੱਜ ਕੱਲ੍ਹ ਦੇਖਦੇ ਨੇ ਉਹਨਾਂ ਨੂੰ ਮਿਲਣ ਲਈ ਹਾਂ, ਅਤੇ ਚੱਲਦੇ ਹਾਂ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਦੇ ਨਾਲ ਅਤੇ ਵਰਕਸ਼ਾਪ ਦਿਖਾਉਂਦੇ ਹਾਂ। ਸਤਿ ਸ਼੍ਰੀ ਅਕਾਲ ਸਦਾਨਾ ਸਾਹਿਬ। ਮੈਂ ਤੁਹਾਨੂੰ ਕਿਹਾ ਸੀਗਾ ਵੀ ਅਸੀਂ ਉਸ ਵਰਕਸ਼ਾਪ ਦੇ ਵਿੱਚ ਆਏ ਹਾਂ, ਇਹ ਪਟਿਆਲਾ ਦੀ ਵਰਕਸ਼ਾਪ ਹੈ, ਔਰ ਸਦਾਨਾ ਬ੍ਰਦਰ ਪਿਛਲੇ 35 ਸਾਲਾਂ ਤੋਂ ਕੰਮ ਕਰ ਰਹੇ ਆ ਸ੍ਰੀ ਰੁਮਾਲਾ ਸਾਹਿਬ ਦੇ ਲਈ, ਔਰ ਗੁਰੂ ਘਰਾਂ ਨੂੰ ਸਜਾਉਣ ਦਾ ਕੰਮ ਹੈ। ਮੈਂ ਦੱਸ ਰਿਹਾ ਸੀ ਕੈਮਰਾ ਵਾਲੇ ਨੂੰ ਕਿ ਇਹ ਪਟਿਆਲਾ ਸ਼ਹਿਰ ਵੈਸੇ ਵੀ ਜੇ ਕਹੀਏ ਕਿ ਆਰਟ ਕਰਾਫਟ ਦੇ ਲਈ ਜਾਂ ਐਮਬਰਾਇਡਰੀ ਦੇ ਲਈ ਬਹੁਤ ਜਾਣਿਆ ਜਾਂਦਾ ਹੈ। ਤੁਸੀਂ 35 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਹੋ, ਆਈਡੀਆ ਕਿੱਦਾਂ ਆਇਆ, ਸ਼ੁਰੂਆਤ ਕਿੱਦਾਂ ਹੋਈ ਇਹਦੀ? ਸ਼ੁਰੂਆਤ ਤਾਂ ਦੇਖੋ ਜੀ, ਸ਼ੁਰੂਆਤ ਤਾਂ ਸਾਡੀ ਜਿਹੜੀ ਰੁਮਾਲਾ ਸਾਹਿਬ ਦੀ ਸ਼ੁਰੂਆਤ ਹੈ ਉਹ ਨੋਰਮਲ ਸਾਈਜ਼ ਦੇ ਛੋਟੇ ਰੁਮਾਲਾ ਸਾਹਿਬ ਤੋਂ ਅਸੀਂ ਸ਼ੁਰੂ ਕੀਤੀ ਜੀ। ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਹਰ ਇੱਕ ਬੰਦੇ ਨੂੰ ਚਾਹ ਹੁੰਦੀ ਹੈ ਕਿ ਮੈਂ ਆਪਣੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰਾਂ, ਹੋਰ ਵਧੀਆ ਤਰੀਕੇ ਨਾਲ ਕਰਾਂ, ਅਸੀਂ ਉਸ ਵਧੀਆ ਤਰੀਕੇ ਨਾਲ ਜੋ ਨੋਰਮਲ ਸਾਈਜ਼ ਰੁਮਾਲਾ ਸਾਹਿਬ ਨੂੰ ਉਹ ਗੁਰਦੁਆਰਾ ਸਾਹਿਬ ਵਿੱਚ ਬਹੁਤ ਘੱਟ ਕੰਮ ਆਉਂਦੇ ਹੈ, ਜੋ ਉੱਥੇ ਕੰਮ ਆਉਣ ਦੀ ਚੀਜ਼ ਹੈ ਜੋ ਉੱਥੇ ਦਾ ਕੰਪਲੀਟ ਸੈੱਟ ਰੁਮਾਲਾ ਸਾਹਿਬ ਚੰਦੋਆ ਸਾਹਿਬ ਉਹ ਚੀਜ਼ ਹੈ ਜੋ ਗੁਰੂ ਘਰ ਵਿੱਚ ਜੋ ਉੱਥੇ ਰੈਗੂਲਰ ਲੱਗਣੀ ਹੈ, ਪੂਰਾ ਸੈੱਟ ਜਿਹੜਾ ਜੋ ਉੱਥੇ ਦੀ ਜ਼ਰੂਰਤ ਹੈ। ਉੱਥੋਂ ਅਸੀਂ ਸ਼ੁਰੂਆਤ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਕੰਪਲੀਟ ਸੈੱਟ ਬਣਾਏ ਜਾਣ, ਉਹ ਅਸੀਂ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਸਾਡਾ ਸੈੱਟ ਬਣਾਇਆ ਸੀਗਾ ਜਿਹੜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਜੀ, ਅਤੇ ਉੱਥੋਂ ਅਸੀਂ ਸ਼ੁਰੂਆਤ ਕੀਤੀ ਜੀ। ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ, ਅਸੀਂ ਇੱਥੇ ਤੱਕ ਪਹੁੰਚੇ ਹਾਂ। ਸਾਡੀ ਸ਼ੁਰੂਆਤ ਬਿਲਕੁਲ ਬੇਸਿਕ ਤੋਂ ਛੋਟੇ ਰੁਮਾਲਾ ਸਾਹਿਬ ਤੋਂ ਹੀ ਹੋਈ ਹੈ। ਅੱਛਾ, ਚਲੋ ਮੈਨੂੰ ਵੈਸੇ ਲੱਗਦਾ ਹੁੰਦਾ ਵੀ ਸ਼ਾਇਦ ਇਹਨਾਂ ਦੀ ਕੀਮਤ ਕੋਈ ਨਹੀਂ ਜਿਹੜਾ ਚੜ੍ਹਾਉਣ ਦੀ ਲਈ ਲੈ ਕੇ ਜਾਂਦਾ, ਪਰ ਇੱਕ ਕਹਿ ਰਹੀ ਹੈ ਕਿ ਹਰ ਕੰਮ ਦੇ ਵਿੱਚ ਨਾ ਬਰਕਤ ਆ, ਤੁਹਾਡੇ ਲਈ ਉਹ ਕੰਮ ਆ, ਧੰਦਾ ਆ। ਸ਼ੁਰੂਆਤ ਕਿੰਨੇ ਕੁ ਰੁਪਇਆਂ ਤੋਂ ਹੁੰਦੀ ਸੀ ਵੀ ਤੁਸੀਂ ਗਾਹਕ ਨੂੰ 200 ਰੁਪਏ 'ਚ ਵੇਚਦੇ ਸੀਗੇ? ਕਿਉਂਕਿ ਅੱਜ ਕੱਲ੍ਹ ਮੈਂ ਜੇ ਸੁਣਿਆ ਵੀ 3 ਲੱਖ 4 ਲੱਖ 5 ਲੱਖ ਤੱਕ ਦੇ ਵੀ ਚੰਦੋਆ ਸਾਹਿਬ ਦੇ ਨਾਲ ਸਿੱਟ ਜਾਂਦੇ ਆ।
तो देखो जी कोई लिमिट नहीं रह गई हैगी संगत दे मन विच श्रद्धा इन्नी है वो कहिंदे भी सानू तां चीज़ दिओ गुरु घर भेटा करन वास्ते जिहड़ी उत्थे काम आवे अच्छा जिहड़ी उत्थे काम आवे जिहड़ी उत्थे लगदी होवे गुरु साहब दे उस गुरु स्थान ते लगदी होवे काम आवे जी। अच्छा मैं पढ़दा सीगा किते भी तुसीं 30 तो बाद कंट्रीज दे विच काम कर रहे हो और 800 तो ज्यादा मेरे ख्याल नाल गुरु 8000 तो ज्यादा गुरुद्वारा साहिब विच साडे कोल सेट ऑलरेडी बन के जा रहे ने जिहड़े उत्थे गुरुद्वारा साहिब दे विच वड्डे चंदोआ साहिब रुमाला साहिब लगदे ने। अच्छा गुरमीत जी तुहाडे कोल ते बहुत सारी कहानियां होणियां भी कोई गाहक आया या कोई संगत आई तुहाडे कोल ओह कहिंदी आ भी मैनूं आह चीज़ चाहीदी आ ते तुसीं अज तक तो सब तो वधिया मास्टरपीस या कोई याद जिहड़ी होवे आपां तों शुरुआत करदे आ फिर तुहाडी वर्कशॉप नूं देखांगे भी की है। ਸਾਡੇ ਕੋਲ ਬੜੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਗਤ ਇਸ ਤਰ੍ਹਾਂ ਦੀ ਆਉਂਦੀ ਹੈ ਵੀ ਕੋਈ ਬਜਟ ਦੀ ਕੋਈ ਗੱਲ ਹੀ ਨਹੀਂ ਹੁੰਦੀ ਉਹ ਕਹਿੰਦੇ ਸਾਨੂੰ ਚੀਜ਼ ਪਸੰਦ ਆਉਣੀ ਚਾਹੀਦੀ ਹੈ ਜਦੋਂ ਕਸਟਮਰ ਇਸ ਤਰ੍ਹਾਂ ਦਾ ਆ ਜਾਂਦਾ ਫਿਰ ਕੋਈ ਲਿਮਿਟ ਨਹੀਂ ਫਿਰ ਤਾਂ ਹਰ ਦੁਕਾਨਦਾਰ ਨੂੰ ਇੰਨਾ ਹੁੰਦਾ ਹੈ ਕਿ ਮੈਂ ਕੀ ਬੈਸਟ ਚੀਜ਼ ਤਿਆਰ ਕਰਵਾ ਸਕਾਂ ਅਤੇ ਫਿਰ ਅਸੀਂ ਉਸ ਕਰਦੇ ਕਰਦੇ ਅਸੀਂ ਦਰਬਾਰ ਸਾਹਿਬ ਦੇ ਸੈੱਟ ਦੁਖਨਾਰ ਸਾਹਿਬ ਦੇ ਸੈੱਟ ਰੁਮਾਲਾ ਸਾਹਿਬ ਸੈੱਟ ਔਰ ਉਸ ਤੋਂ ਬਾਅਦ ਸਾਡੇ ਰੁਮਾਲਾ ਸਾਹਿਬ ਚੰਦੋ ਸਾਹਿਬ ਬਾਹਰ ਬਹੁਤ ਕੰਟਰੀ 30 ਕੰਟਰੀਜ਼ ਵਿੱਚ ਜਾਂਦੇ ਨੇ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਦੱਸਿਆ ਹੈ ਅਮੈਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਮਲੇਸ਼ੀਆ ਔਰ 30 ਕੰਟਰੀਜ਼ ਵਿੱਚ ਸਾਡੇ ਰੁਮਾਲਾ ਸਾਹਿਬ ਜਾਂਦੇ ਨੇ ਔਰ ਉੱਥੇ ਦੀ ਸੰਗਤ ਨੂੰ ਰੁਮਾਲਾ ਸਾਹਿਬ ਨੂੰ ਇਸ ਤਰੀਕੇ ਨਾਲ ਉਹਨਾਂ ਨੂੰ ਪਸੰਦ ਆਉਂਦੇ ਨੇ ਕਿ ਉਹ ਨਾਲ ਦੇ ਜਿਹੜਾ ਇੱਕ ਬੰਦਾ ਬਣਵਾ ਕੇ ਲੈ ਕੇ ਜਾਂਦਾ ਉਹ ਨਾਲ ਦੇ 10 ਬੰਦਿਆਂ ਨੂੰ ਕਹਿੰਦਾ ਵੀ ਰੁਮਾਲਾ ਸਾਹਿਬ ਚੰਦੋਆ ਸਾਹਿਬ ਬਣਾਉਣਾ ਤਾਂ ਉਸੇ ਦੁਕਾਨ 'ਤੇ ਜਾਣਾ ਬਹੁਤ ਕੁਛ ਹੈ ਰੁਮਾਲਾ ਸਾਹਿਬ ਤੋਂ ਇਲਾਵਾ ਵੀ ਤੁਸੀਂ ਮਿਲਦਾ ਗੁਰੂ ਘਰਾਂ ਦੀ ਸਜਾਵਟ ਲਈ ਕਰਦੇ ਹਾਂ ਪਰ ਜਿਹੜੇ ਰੁਮਾਲਾ ਸਾਹਿਬ ਖਾਸ ਨੇ ਅਸੀਂ ਉਹ ਦੇਖ ਲੈਂਦੇ ਹਾਂ ਤੁਹਾਡੇ ਚਲੀਏ ਫਿਰ ਹਾਂਜੀ ਹਾਂਜੀ ਮੈਂ ਉਸ ਚੀਜ਼ ਤੁਹਾਨੂੰ ਦਿਖਾਉਂਦਾ ਇਹ ਸਾਡੇ ਕੋਲ ਜਿਹੜੇ ਹੈ ਇਹ ਸਪੈਸ਼ਲ ਕਢਾਈਆਂ ਨੇ ਜੀ ਇੱਥੇ ਅੱਛਾ ਜਿਹੜੇ ਇਹਦੇ ਕੰਮ ਹੁੰਦਾ ਹੈ ਜਿਵੇਂ ਜਿਹੜੀ ਕਢਾਈ ਹੈ ਇਹ ਤੁਸੀਂ ਪਟਿਆਲਾ ਹੀ ਕਰਾਉਂਦੇ ਹੋ ਜਾਂ ਪੰਜਾਬ ਤੋਂ ਬਾਹਰ ਜਾ ਕੇ ਨਹੀਂ ਸਾਡੀਆਂ ਆਪਣੀਆਂ ਵਰਕਸ਼ਾਪ ਨੇ ਜੀ ਅੱਛਾ ਆਪਣੀਆਂ ਵਰਕਸ਼ਾਪ ਨੇ ਜਿੱਥੇ ਸਿਰਫ ਸਾਡਾ ਹੀ ਕੰਮ ਹੁੰਦਾ ਹੈ ਜਿੱਥੇ ਸਿਰਫ ਸਾਡੇ ਹੀ ਸਿਰਫ ਰੁਮਾਲਾ ਸਾਹਿਬ ਚੰਦੋ ਸਾਹਿਬ ਹੀ ਬਣਦੇ ਨੇ ਹੋਰ ਉੱਥੇ ਕੁਛ ਵੀ ਨਹੀਂ ਬਣਦਾ ਕਈ ਵਾਰੀ ਇਹ ਹੁੰਦਾ ਮਤਲਬ ਇਹਦੇ 'ਤੇ ਰਹਿਤ ਮਰਿਆਦਾ ਵੀ ਬਹੁਤ ਦੇਖਣਾ ਪੈਂਦਾ ਆ ਫਿਰ ਉਹਨੂੰ ਕਿੱਦਾਂ ਮੈਨੇਜ ਕਰਦੇ ਪੂਰੀ ਰਹਿਤ ਮਰਿਆਦਾ ਨਾਲ ਸਾਡੇ ਕੋਲ ਕੰਮ ਹੁੰਦਾ ਜੀ ਤੁਸੀਂ ਸਾਡੀ ਦੁਕਾਨ 'ਤੇ ਆਓਗੇ ਸਾਡੀ ਦੁਕਾਨ ਦੇ ਅੰਦਰ ਜਾਂ ਸਾਡੀ ਵਰਕਸ਼ਾਪ ਦੇ ਅੰਦਰ ਸ਼ੂਜ਼ ਅਲਾਊਡ ਨਹੀਂ ਹੈ ਪੂਰੀ ਰਹਿਤ ਮਰਿਆਦਾ ਨਾਲ ਹੱਥ ਧੋ ਕੇ ਸਾਫ਼ ਸੁਥਰਾ ਸੁੱਚਾ ਕੰਮ ਕੀਤਾ ਜਾਂਦਾ ਵਾਕਿਆ ਅਸੀਂ ਵੀ ਦੇਖਿਆ ਜਦੋਂ ਸ਼ੂਜ਼ ਬਾਹਰ ਲਾ ਕੇ ਆਉਂਦੇ ਲੋਕ ਪੂਰੀ ਸੁੱਚਤਾ ਨਾਲ ਕੰਮ ਕੀਤਾ ਜਾਂਦਾ ਹੈ ਜੀ। ਅੱਛਾ ਜਿਹੜਾ ਇਹਦੇ ਲਈ ਫੈਬਰਿਕ ਯੂਜ਼ ਕਰਦੇ ਹੋ ਫਿਰ ਉਹ ਕਿਵੇਂ ਤੁਸੀਂ ਡਿਸਾਈਡ ਕਰਦੇ ਹੋ ਵੀ ਆਹ ਫੈਬਰਿਕ ਚਾਹੀਦਾ ਆਹ ਕੱਪੜਾ ਚਾਹੀਦਾ? ਫੈਬਰਿਕ ਸਾਰਾ ਸਾਡਾ ਬੰਬੇ ਤੋਂ ਆਉਂਦਾ ਹੈ ਜੀ, ਬੰਬੇ ਤੋਂ, ਸੂਰਤ ਤੋਂ ਮਟੀਰੀਅਲ ਆਉਂਦਾ ਸਾਰਾ, ਬੈਂਗਲੋਰ ਤੋਂ ਮਟੀਰੀਅਲ ਆਉਂਦਾ ਸਾਡਾ, ਬਨਾਰਸ ਤੋਂ ਮਟੀਰੀਅਲ ਆਉਂਦਾ। ਅੱਛਾ ਜਦੋਂ ਅਸੀਂ ਸ਼ੁਰੂਆਤੀ ਗੁਰੂ ਘਰਾਂ 'ਚ ਦੇਖਦੇ ਸੀ ਉਦੋਂ ਇੰਨੀ ਟੈਕਨੋਲੋਜੀ ਵੀ ਨਹੀਂ ਸੀਗੀ ਅਤੇ ਸਿਲਕ ਦੇ ਉੱਤੇ ਬਹੁਤ ਕਢਾਈ ਹੁੰਦੀ ਸੀਗੀ, ਹੁਣ ਤਾਂ ਮੈਂ ਦੇਖਿਆ ਵੀ ਕੋਟਨ ਬਹੁਤ ਕੁਛ ਆ ਗਿਆ ਨਾ, ਮਤਲਬ ਹੁਣ ਬਹੁਤ ਕੁਛ ਆ ਗਿਆ ਜੀ, ਹੁਣ ਤਾਂ ਨਵੀਆਂ ਨਵੀਆਂ ਚੀਜ਼ਾਂ, ਹਰ ਬੰਦਾ ਜਿਸ ਤਰ੍ਹਾਂ ਆਪਣੇ ਪਹਿਰਨ ਵਾਸਤੇ ਵਧੀਆ ਤੋਂ ਵਧੀਆ ਕੱਪੜੇ ਦੇਖਦੇ ਨੇ ਲੈਣ ਵਾਸਤੇ, ਹੁਣ ਉਸੇ ਤਰੀਕੇ ਨਾਲ ਸੰਗਤ ਆਉਂਦੀ ਹੈ ਗੁਰੂ ਸਾਹਿਬ ਵਾਸਤੇ ਵੀ ਰੁਮਾਲਾ ਸਾਹਿਬ ਲੈਣ ਵੇਲੇ ਉਸੇ ਤਰੀਕੇ ਦੀਆਂ ਚੀਜ਼ਾਂ ਪਸੰਦ ਕਰਦੇ ਨੇ ਵੀ ਅੱਜ ਕੱਲ੍ਹ ਮੈਨੂੰ ਗਰਮੀ ਲੱਗ ਰਹੀ ਹੈ ਤਾਂ ਗਰਮੀ ਦੇ ਰੁਮਾਲਾ ਸਾਹਿਬ ਚਾਹੀਦੇ ਆ, ਮੈਨੂੰ ਠੰਡ ਲੱਗ ਰਹੀ ਹੈ ਤਾਂ ਗੁਰੂ ਘਰ ਦੇ ਰੁਮਾਲਾ ਸਾਹਿਬ ਉਸ ਤਰ੍ਹਾਂ ਵੈਲਵਟ ਅਤੇ ਸ਼ਨੀਲ 'ਤੇ ਚੱਲਦੇ ਨੇ। ਅੱਛਾ ਤੁਹਾਡੇ ਕੋਲ ਸਟੈਕ ਵੀ ਮੈਂ ਦੇਖਿਆ ਵੀ ਇਹ ਸਾਰੇ ਜਿਹੜੇ ਨੇ ਮੈਨੂੰ ਇਹਨਾਂ 'ਤੇ ਹੈਂਡਕ੍ਰਾਫਟ ਹੋਇਆ ਹੈ, ਸਾਰੇ ਹੈਂਡਵਰਕ ਹੈ ਜੀ। ਇਹ ਸਾਰੇ ਹੈਂਡਵਰਕ ਹੈ, ਇਹ ਸਾਰੇ ਹੈਂਡਕ੍ਰਾਫਟ। ਇਹਨੂੰ ਇੱਕ ਜਿੱਦਾਂ ਜਿਹੜਾ ਇਹ ਸੈੱਟ ਸਾਈਜ਼ ਹੈ ਇਹਨੂੰ ਕਿੰਨਾ ਕੁ ਟਾਈਮ ਲੱਗ ਸਕਦਾ ਇਹ ਸਾਈਜ਼ ਨੂੰ ਜਿਵੇਂ ਇਹਦੀ ਗੱਲ ਕਰੀਏ ਤਾਂ ਇਹਨੂੰ ਤੁਸੀਂ ਤਿਆਰ ਕਰਕੇ ਦੇਣਾ ਹੋਵੇ ਤਾਂ? ਦੇਖੋ ਜੀ ਇਹ ਵਾਲਾ ਸੈੱਟ, ਇਹ ਵਾਲੇ ਡਿਜ਼ਾਈਨ ਅਗਰ ਆਪਾਂ ਕਿਸੇ ਗੁਰਦੁਆਰਾ ਸਾਹਿਬ ਦੇ ਵਾਸਤੇ ਤਿਆਰ ਕਰਾਉਣਾ ਵੱਡੇ ਸੈੱਟ ਤਾਂ ਇਹਨੂੰ ਘੱਟੋ ਘੱਟ ਨਹੀਂ ਸਾਡਾ 20 ਤੋਂ 25 ਦਿਨ ਲੱਗਦੇ ਨੇ। ਅੱਛਾ 20 ਤੋਂ 25 ਦਿਨ ਲੱਗਦੇ ਨੇ ਕਿਸੇ ਵੀ ਅੱਛੇ ਵੱਡੇ ਗੁਰਦੁਆਰਾ ਸਾਹਿਬ ਦਾ ਸੈੱਟ ਅਗਰ ਤਿਆਰ ਕਰਾਉਣਾ। ਅਤੇ ਇਹਦੇ ਨਾਲ ਜਿਵੇਂ ਹੁਣ ਆਪਾਂ ਕਹੀਏ ਕਿ ਨੋਰਮਲ ਸਾਹਿਬ ਦੇ ਚੰਦੋਆ ਸਾਹਿਬ ਦਾ ਜੇ ਗੱਲ ਕਰ ਲਈਏ ਜਿਵੇਂ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਆ ਉੱਥੇ ਕਿੰਨੇ ਸਾਈਜ਼ ਦਾ ਚੰਦੋਆ ਲੱਗਦਾ ਅਤੇ ਕਿੰਨੇ ਸਾਈਜ਼ ਦਾ ਰੁਮਾਲਾ ਤੁਸੀਂ ਦੇਖਦੇ? ਹਰ ਇੱਕ ਗੁਰਦੁਆਰਾ ਸਾਹਿਬ ਦਾ ਸਾਈਜ਼ ਅਲੱਗ ਹੈ ਜੀ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਸਾਈਜ਼ ਅਲੱਗ ਹੈ, ਹਰਿਮੰਦਰ ਸਾਹਿਬ ਦਾ ਸਾਈਜ਼ ਅਲੱਗ ਹੈ, ਪਟਨਾ ਸਾਹਿਬ ਦਾ ਸਾਈਜ਼ ਅਲੱਗ ਹੈ, ਪਾਉਂਟਾ ਸਾਹਿਬ ਦਾ ਸਾਈਜ਼ ਅਲੱਗ ਹੈ, ਕਿਸੇ ਗੁਰਦੁਆਰਾ ਸਾਹਿਬ ਵਾਸਤੇ ਚੰਦੋਆ ਸਾਹਿਬ ਰੁਮਾਲਾ ਸਾਹਿਬ ਦਾ ਸਾਈਜ਼ ਕੋਈ ਆਪਸ ਮੈਚ ਨਹੀਂ ਕਰਦਾ ਜੀ, ਹਰ ਜਗ੍ਹਾ ਦੇ ਸਾਈਜ਼ ਅਲੱਗ ਅਲੱਗ ਨੇ। ਅੱਛਾ ਤੁਹਾਡੇ ਮੈਂ ਦੇਖਿਆ ਵੀ ਗੁਰੂ ਘਰਾਂ ਨੂੰ ਸਜਾਉਣ ਦੇ ਲਈ ਹੋਰ ਬੜੇ ਸਾਰੇ ਸਮਾਨ ਵੀ ਨੇ, ਇਸ ਤੋਂ ਇਲਾਵਾ ਜੇ ਆਪਾਂ ਕਹੀਏ ਕਿ ਚੌਰ ਸਾਹਿਬ ਵੀ ਹੁੰਦੇ ਨੇ ਅਤੇ ਚੌਰ ਸਾਹਿਬ ਦੀ ਕੀ ਖਾਸੀਅਤ ਹੈ ਕਿ ਇੱਥੋਂ ਕਿਉਂ? ਚੌਰ ਸਾਹਿਬ ਸਾਡੇ ਕੋਲ, ਦੇਖੋ ਜੀ ਸਾਡੇ ਕੋਲ ਅਸਲੀ ਚੌਰ ਸਾਹਿਬ, ਅਸਲੀ ਦਾ ਮਤਲਬ ਹੈ ਕਿ ਜਿਸਦੇ ਕੇਸ ਯਾਕ ਦੇ ਵਾਲ ਹੁੰਦੇ। ਅੱਛਾ, ਯਾਕ ਦੇ ਵਾਲਾਂ ਦੇ ਜਿਹੜੀ ਅਸਲੀ ਚੌਰ ਗਿਣੀ ਜਾਂਦੀ ਹੈ ਉਹ ਯਾਕ, ਸਿਰਫ ਯਾਕ ਦੇ ਵਾਲਾਂ ਦੀ ਹੀ ਚੌਰ ਸਾਹਿਬ ਅਸੀਂ ਵੇਚਦੇ ਹਾਂ, ਦੂਸਰੀ ਪਲਾਸਟਿਕ ਦੇ ਵਾਲਾਂ ਲਈ ਅਸੀਂ ਚੌਰ ਸਾਹਿਬ ਨਹੀਂ ਵੇਚਦੇ, ਜੋ ਮਰਿਆਦਾ ਮੁਤਾਬਿਕ ਯਾਕ ਦੇ ਵਾਲਾਂ ਦੀ ਚੌਰ ਸਾਹਿਬ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਇਹ ਜਿਹੜੀ ਇਹ ਪਿਓਰ ਯਾਕ ਦੇ ਵਾਲਾਂ ਜਿਹੜੀ ਚੌਰ ਸਾਹਿਬ ਹੈ
ਇਹ ਗੋਲਡ ਦੀ ਬਣੀ ਹੋਈ ਹੈ। ਅੱਛਾ, ਪੂਰੇ ਗੋਲਡ ਸੋਨੇ ਦੀ ਹੈ? ਪੂਰੀ ਸੋਨੇ ਦੀ ਹੈ ਜੀ। ਠੀਕ ਹੈ। ਸਾਡੇ ਕੋਲ ਰੈਗੂਲਰ ਸੋਨੇ ਦੀਆਂ ਚੌਰ ਸਾਹਿਬ ਸੰਗਤ ਡਿਮਾਂਡ ਕਰਦੀ ਹੈ ਔਰ ਅਸੀਂ ਬਣਵਾਉਂਦੇ ਰਹਿੰਦੇ ਹਾਂ। ਸੋਨੇ ਦੀਆਂ, ਚਾਂਦੀ ਦੀਆਂ, ਚਾਂਦੀ ਦੀ ਰਖਾਵਟ ਆ। ਇਹ ਪਿਓਰ ਚਾਂਦੀ ਦੀ ਚੌਰ ਸਾਹਿਬ ਹੈ। ਅੱਛਾ, ਪਿਓਰ ਚਾਂਦੀ ਦੀ। ਹਾਂਜੀ, ਇਹ ਪਿਓਰ ਚਾਂਦੀ ਦੀ ਚੌਰ ਸਾਹਿਬ ਹੈ ਜੀ। ਇਸ ਤੋਂ ਇਲਾਵਾ ਹੋਰ ਇੱਥੇ ਦੇਖੋ, ਇਹ ਸਾਰੇ ਚਾਂਦੀ ਦੇ ਚੌਰ ਸਾਹਿਬ ਲੱਗੀਆਂ ਹੋਈਆਂ ਨੇ ਜੀ। ਡਿਜ਼ਾਈਨ ਤੇ ਸਾਈਜ਼ ਵਰਕ ਹੈ? ਹਾਂਜੀ ਹਾਂਜੀ, ਸਾਰੇ ਸਾਈਜ਼ ਅਲੱਗ ਅਲੱਗ ਨੇ। ਇਹ ਬਰਾਸ ਦੇ ਵਿੱਚ ਨੇ ਜੀ, ਪਿੱਤਲ ਦੇ ਵਿੱਚ, ਇਹ ਚਾਂਦੀ ਦੀਆਂ ਨੇ ਜੀ। ਅੱਛਾ, ਜਦੋਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਬਹੁਤ ਧਿਆਨ ਦੇ ਨਾਲ ਲੋਕ ਸੰਗਤਾਂ ਆਉਂਦੀਆਂ ਗੁਰਦੁਆਰਾ ਸਾਹਿਬ ਤੇ, ਬੜੇ ਸਾਰੇ ਅੱਜ ਕੱਲ੍ਹ ਸਮਾਨ ਦੂਸਰੇ ਆ, ਇਹ ਜਿਹੜੇ ਇਹ ਗੁਰੂ ਘਰਾਂ ਦੇ ਲਈ, ਇਹ ਰਮਾਲਾ ਸਾਹਿਬ ਦੇ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਜੋ ਜ਼ਰੂਰਤ ਦੀਆਂ ਚੀਜ਼ਾਂ ਨੇ ਇਹ ਉਹੀ ਨੇ ਜੀ। ਗੁਰਦੁਆਰਾ ਸਾਹਿਬ ਦੇ ਚੌਰ ਸਾਹਿਬ ਨੂੰ ਮੇਨਟੇਨ ਰੱਖਣ ਵਾਸਤੇ ਬਾਕਸਿਸ ਬਣਾਏ ਹੋਏ ਨੇ, ਸ਼ਸਤਰ ਰੱਖਣ ਵਾਸਤੇ ਜੋ ਗੁਰੂ ਘਰ ਵਿੱਚ ਕੰਮ ਆਉਂਦੀਆਂ ਨੇ ਚੀਜ਼ਾਂ, ਇਹ ਉਹੀ ਸਾਡੇ ਕੋਲ ਸਿਰਫ ਤੇ ਸਿਰਫ ਗੁਰੂ ਘਰ ਦਾ ਸਮਾਨ ਹੁੰਦਾ ਜੀ, ਸਾਰਾ ਗੁਰੂ ਘਰ ਦਾ ਸਮਾਨ। ਸ਼ੁਰੂਆਤ ਰੁਮਾਲਿਆਂ ਤੋਂ ਹੋਈ, ਫਿਰ ਉਸ ਤੋਂ ਬਾਅਦ ਗੁਰੂ ਘਰ ਦਾ ਸਮਾਨ। ਅੱਛਾ, ਮੈਂ ਹੋਰ ਵੀ ਦੇਖ ਰਿਹਾ ਸੀਗਾ ਵੀ ਤੁਹਾਡੇ ਕੋਲੇ ਬਹੁਤ ਕੁਝ ਹੋਰ, ਇੱਕ ਇਹ ਸਾਡੇ ਕੋਲੋਂ ਦੇਖੋ ਸ਼ੀਰ ਸਾਹਿਬ ਬਣ ਕੇ ਆਉਂਦੇ ਨੇ, ਇਹ ਸੋਨੇ ਔਰ ਚਾਂਦੀ ਦੀ ਨਿਕਾਸ਼ੀ ਵਾਲੀ ਸ਼ੀਰ ਸਾਹਿਬ ਹੈ। ਅੱਛਾ, ਇਹਨਾਂ ਦੇ ਸੋਨੇ ਤੇ ਚਾਂਦੀ ਦੀ ਨਿਕਾਸ਼ੀ ਹੈ? ਇਹ ਸੋਨਾ ਔਰ ਚਾਂਦੀ ਦੀ ਨਿਕਾਸ਼ੀ ਹੈ ਇਹਦੇ ਉੱਪਰ। ਠੀਕ ਹੈ, ਇਹ ਕਿੱਥੋਂ ਬਣਵਾਉਂਦੇ ਆ? ਮਤਲਬ ਜਾਂ ਫਿਰ ਇਹ ਸਾਡੇ ਆਪਣੇ ਕਾਰੀਗਰ? ਅੱਛਾ, ਆਪਣੇ ਕਾਰੀਗਰ ਨੇ ਆਪ ਬਣਾਉਂਦੇ? ਇਹ ਆਪਣੇ ਕਾਰੀਗਰ ਅਸੀਂ ਤਿਆਰ ਕਰਵਾ ਕੇ ਰੱਖਦੇ ਹਾਂ ਜੀ। ਸਾਡੇ ਕੋਲ ਗੁਰੂ ਘਰ ਵਾਸਤੇ, ਇਹ ਗੁਰੂ ਘਰ ਵਾਸਤੇ ਚੀਜ਼ਾਂ ਯੂਜ਼ ਹੁੰਦੀਆਂ ਨੇ, ਸਿਰਫ ਤੇ ਸਿਰਫ ਗੁਰੂ ਘਰਾਂ ਲਈ, ਸਿਰਫ ਸਿਰਫ ਗੁਰੂ ਘਰ ਸਾਹਿਬ। ਜਿਹੜੇ ਆਹ ਚੀਜ਼ਾਂ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹਨਾਂ ਨੂੰ ਕੀ ਕਹਿੰਦੇ ਨੇ ਔਰ ਇਹ ਕਿਹੜੀ ਕਿਹੜੀ? ਇਹ ਚਾਂਦੀ ਦਾ ਛੱਬਾ ਹੈ ਜੀ। ਇਹ ਗੁਰੂ ਘਰ ਵਿੱਚ ਲਗਾਉਣ ਵਾਸਤੇ, ਕੋਈ ਸੋਨੇ ਦਾ ਛੱਬਾ ਬਣਾਉਣਾ ਹੈ, ਕੋਈ ਚਾਂਦੀ ਦਾ ਛੱਬਾ ਬਣਾਉਣਾ ਹੈ, ਇਹ ਚਾਂਦੀ ਦਾ ਛੱਬਾ ਹੈ ਜੀ। ਅੱਛਾ, ਇਹ ਚਾਂਦੀ ਦਾ ਜੀ? ਹਾਂਜੀ। ਇਹ ਸਾਡੇ ਕੋਲ ਉਸ ਪਾਸਿਓਂ, ਇਸ ਤੋਂ ਇਲਾਵਾ ਵੀ ਹਾਂਜੀ ਆਪਾਂ ਦੇਖਦੇ ਪਏ ਸੀ ਕਿ ਇਹ ਗੋਲਡ ਪਲੇਟਿੰਗ ਹੈ ਜੀ, ਇਹ ਗੋਲਡ ਪਲੇਟਿੰਗ ਛੱਬਾ ਹੈ ਜੀ। ਅੱਛਾ, ਗੋਲਡ, ਇਹਨੂੰ ਜ਼ੂਮ ਕਰੋ, ਇਹ ਗੋਲਡ ਪਲੇਟਿੰਗ ਛੱਬਾ ਹੈ ਜੀ। ਇਹ ਗੋਲਡ ਪਲੇਟਿੰਗ ਹੈ, ਸਪੈਸ਼ਲ ਡਿਜ਼ਾਈਨਿੰਗ ਹੈ ਜੀ ਸਾਡੀ। ਇਹ ਗੁਰੂ ਘਰਾਂ ਦੇ ਲਈ ਸਭ ਕੁਝ ਆਉਂਦਾ ਹੈ ਨਾ? ਸਿਰਫ ਗੁਰੂ ਘਰਾਂ ਵਾਸਤੇ? ਸਿਰਫ ਗੁਰੂ ਘਰਾਂ ਵਾਸਤੇ। ਤੇ ਜੇ ਤੁਹਾਡੇ ਕੋਲੇ ਸਭ ਤੋਂ ਜ਼ਿਆਦਾ ਕਸਟਮਾਈਜ਼ ਚੀਜ਼ਾਂ ਕਿਹੜੀਆਂ ਕਿਹੜੀਆਂ ਆਉਂਦੀਆਂ ਨੇ? ਸੱਜੇ ਆਉਂਦੇ ਨੇ ਜਾਂ ਫਿਰ ਰੁਮਾਲਾ ਸਾਹਿਬ ਆਉਂਦੇ ਨੇ? ਕਿਹੜੀ ਕਿਹੜੀ ਮੰਗ ਜ਼ਿਆਦਾ? ਮੇਨ ਸਾਡਾ ਕੰਮ ਰੁਮਾਲਾ ਸਾਹਿਬ ਦਾ ਹੀ ਹੈ ਜੀ। ਰੁਮਾਲਾ ਸਾਹਿਬ ਵਾਸਤੇ ਸਾਡੇ ਕੋਲ ਸੰਗਤ ਦੂਰ ਦੂਰ ਤੋਂ ਆਉਂਦੀ ਹੈ ਔਰ ਜਦੋਂ ਰੁਮਾਲਾ ਸਾਹਿਬ ਲੈਣ ਵਾਸਤੇ ਆਉਂਦੇ ਆ ਤਾਂ ਉਹਨਾਂ ਨੂੰ ਇਹ ਚੀਜ਼ਾਂ ਦੇਖ ਕੇ ਉਹਨਾਂ ਨੂੰ ਹੁੰਦਾ ਵੀ ਹੋਰ ਇਸ ਤੋਂ ਵਧੀਆ ਕੁਝ ਦਿਓ, ਗੁਰੂ ਘਰ ਵਾਸਤੇ ਕੋਈ ਹੋਰ ਵਾਸਤੇ ਅਲੱਗ ਚੀਜ਼ਾਂ ਦਿਓ, ਗੁਰੂ ਘਰ ਸਜਾਉਣ ਵਾਸਤੇ ਸਪੈਸ਼ਲ ਚੀਜ਼ਾਂ ਡਿਮਾਂਡ ਕਰਦੇ ਨੇ ਜੀ, ਉਹ ਅਸੀਂ ਫਿਰ ਅਰੇਂਜ ਕਰੀਦੇ ਸੰਗਤਾਂ ਵਾਸਤੇ ਜੀ। ਅੱਛਾ, ਸਭ ਤੋਂ ਜ਼ਿਆਦਾ ਮਤਲਬ ਤੁਹਾਨੂੰ, ਕਿਉਂਕਿ ਹੈ ਨਾ ਸਾਡੇ ਇੱਧਰ ਵਾਲਿਆਂ ਨੂੰ ਘੱਟ ਪਤਾ ਹੁੰਦਾ ਕਿਉਂਕਿ ਤੁਸੀਂ ਹੁਣ ਬਾਹਰਲੇ ਲੋਕਾਂ ਨਾਲ ਜ਼ਿਆਦਾ ਡੀਲ ਕਰਦੇ ਹੋ, ਉਹਨਾਂ ਦੀਆਂ ਡਿਮਾਂਡਸ ਕੀ ਹੁੰਦੀਆਂ ਖਾਸ ਕਰਕੇ ਵੀ ਸਾਨੂੰ ਚੌਰ ਸਾਹਿਬ ਇੱਦਾਂ ਦਾ ਚਾਹੀਦਾ, ਛੋਟਾ ਚਾਹੀਦਾ? ਸੰਗਤ ਹੀ ਆ ਕੇ ਦੱਸਦੀ ਹੈ ਜੀ ਸਾਨੂੰ, ਦੁਕਾਨਦਾਰ ਨੂੰ ਵੀ ਸੰਗਤ ਆ ਕੇ ਦੱਸਦੀ ਹੈ, ਕਸਟਮਰ ਆ ਕੇ ਦੱਸਦੇ ਨੇ ਵੀ ਇਹ ਚੀਜ਼ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਹ 'ਚ ਉਹ ਹੋਰ ਇੰਪਰੂਵਮੈਂਟ ਜਦੋਂ ਆਉਂਦੀ ਹੈ ਉਹ ਸੰਗਤ ਹੀ ਆ ਕੇ ਦੱਸਦੀ ਹੈ ਇਹਨੂੰ ਹੋਰ ਇਸ ਤੋਂ ਵਧੀਆ ਕਿਸ ਤਰ੍ਹਾਂ ਬਣਾਓਗੇ, ਹੋਰ ਇਸ ਤੋਂ ਵਧੀਆ ਕਿਵੇਂ ਬਣਾਓਗੇ ਜੀ, ਉਹ ਇਸ ਤਰ੍ਹਾਂ ਦੀ ਸੰਗਤ ਆ ਕੇ ਦੱਸਦੀ ਹੈ, ਫਿਰ ਅਸੀਂ ਉਹ ਚੀਜ਼ਾਂ ਬਣਾਉਂਦੇ ਰਹੀ। ਅੱਛਾ, ਜਦੋਂ ਮੈਂ ਐਂਟਰ ਕੀਤਾ ਤੇ ਮੈਂ ਇੱਕ ਤਾਂ ਛਤਰੀ ਦੇਖੀ ਤੇ ਇੱਕ ਕਾਲੀਨ ਦੇਖੀ। ਇਹ ਛਤਰ ਹੈ ਜੀ, ਇਹ ਜਿਹੜਾ ਇਹ ਛਤਰ ਹੈ ਇਹ ਗੁਰੂ ਮਹਾਰਾਜ ਦਾ ਸਰੂਪ ਇੱਕ ਜਗ੍ਹਾ ਤੋਂ ਦੂਸਰੀ ਲੈ ਕੇ ਜਾਣ ਵਾਸਤੇ, ਹਾਂ ਇਹ ਛਤਰ ਗੁਰੂ ਸਾਹਿਬ ਦੇ ਉੱਪਰ ਕਰਕੇ ਫਿਰ ਗੁਰੂ ਮਹਾਰਾਜ ਦਾ ਸਰੂਪ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੋਂ ਲੈ ਕੇ ਜਾਈਦਾ ਹੈ ਜੀ। ਇਹਨੂੰ ਵੀ ਮੈਨੂੰ ਲੱਗਦਾ ਬਹੁਤ ਵਧੀਆ ਕੰਮ ਹੈ, ਇਹਦੇ ਉੱਤੇ ਵੀ ਦੇਖੋ ਹੈ ਨਾ, ਮਸ਼ੀਨ ਵਰਕ ਹੈ ਜੀ, ਸਪੈਸ਼ਲ ਮਲਟੀ ਹੈਡ ਮਸ਼ੀਨਾਂ ਨਾਲ ਤਿਆਰ ਹੁੰਦੀਆਂ ਜੀ ਇਹ ਚੀਜ਼ਾਂ ਜੀ। ਅੱਛਾ, ਗੁਰੂ ਕਢਾਈਦਾ, ਮਸ਼ੀਨੀ ਕਢਾਈਦਾ ਹੈ? ਮਸ਼ੀਨੀ ਕਢਾਈਦਾ। ਇਸ ਤੋਂ ਇਲਾਵਾ ਕਾਲੀਨ ਵੀ ਜਿਹੜੇ ਉਹ ਗੁਰੂ ਜਿਹੜੇ ਕਾਰਪੇਟਸ ਵੀ ਗੁਰੂ ਘਰ ਵਾਸਤੇ ਸੰਗਤ ਆ ਕੇ ਮੰਗਦੀ ਹੈ ਜੀ, ਅਸੀਂ ਕਾਰਪੇਟਸ ਵੀ ਰੱਖਦੇ ਹਾਂ ਬਹੁਤ ਸਾਰੇ ਤਰ੍ਹਾਂ। ਇਹਨੂੰ ਫਿਰ ਕਿੱਥੋਂ ਇੰਪੋਰਟ ਕਰਦੇ ਹਾਂ? ਮੈਨੂੰ ਲੱਗਦਾ ਵੀ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ, ਕਸ਼ਮੀਰ ਦੇ ਕਾਲੀਨ, ਕਸ਼ਮੀਰ ਤੋਂ ਆਉਂਦੇ ਨੇ, ਬੰਬੇ ਤੋਂ ਆਉਂਦੇ ਨੇ, ਅਲੱਗ ਅਲੱਗ ਜਗ੍ਹਾ ਤੋਂ। ਜਿੱਦਾਂ ਹੁਣ ਸੰਗਤ ਹੈ ਤੁਹਾਡੇ ਕੋਲ ਆਉਂਦੀ, ਤੁਸੀਂ ਜੇ ਉਹ ਡਿਮਾਂਡ ਕਰਦੀ ਹੋਵੇ ਤਾਂ ਕਿੰਨੇ ਦਿਨਾਂ 'ਚ ਆਰਡਰ ਜਾਂਦਾ ਤੁਹਾਡਾ? ਡਿਸਪੈਚ ਕਿੰਨੇ ਦਿਨਾਂ 'ਚ ਹੁੰਦਾ ਵੀ? ਕਿੰਨੇ ਕੁ ਜਲਦੀ ਤੁਸੀਂ ਆਰਡਰ ਸਾਰਾ ਦੇ ਦਿੰਦੇ ਹੋ? ਇਹ ਡਿਸਪੈਚਿੰਗ ਤਾਂ ਇਸ ਤਰ੍ਹਾਂ ਜੀ, ਸੰਗਤ ਦੀ ਡਿਮਾਂਡ 'ਤੇ ਹੈ, ਸੰਗਤ ਨੂੰ ਕੀ ਚੀਜ਼ ਪਸੰਦ ਆਉਂਦੀ ਹੈ, ਉਹਨਾਂ ਨੂੰ ਕੋਈ ਚੀਜ਼ਾਂ ਐਸੀਆਂ ਨੇ ਜੇ ਅਸੀਂ ਕਿਸੇ ਗੁਰੂ ਘਰ ਦਾ ਅਸੀਂ ਰੁਮਾਲਾ ਸਾਹਿਬ, ਚੰਦੋ ਸਾਹਿਬ ਤਿਆਰ ਕਰਾ ਕੇ ਦੇਣਾ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਉਹ ਆ ਕੇ ਕਹਿੰਦੇ ਨੇ ਸਾਨੂੰ ਤਾਂ 2 ਦਿਨਾਂ ਦੇ ਵਿੱਚ ਚਾਹੀਦਾ, 2 ਦਿਨਾਂ ਦਾ ਚਾਹੀਦਾ, ਅਸੀਂ 2 ਦਿਨਾਂ ਦੇ ਵਿੱਚ ਵੀ ਮਤਲਬ ਕਿਸੇ ਵੀ ਗੁਰਦੁਆਰਾ ਸਾਹਿਬ ਦਾ ਸੈੱਟ ਤਿਆਰ ਕਰਕੇ ਦੇ ਸਕਦੇ ਹਾਂ, ਲੇਕਿਨ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਟਾਈਮ ਬਹੁਤ ਲੱਗਦਾ, ਜਿਨ੍ਹਾਂ ਨੂੰ ਅਸੀਂ ਇੱਕ ਇੱਕ ਡੇਢ ਡੇਢ ਮਹੀਨਾ ਵੀ ਲੱਗਦਾ। ਠੀਕ ਹੈ, ਜਿੰਨੀ ਬਰੀਕ ਕਢਾਈ ਹੋਏਗੀ ਹੈਂਡ ਵਰਕ ਉਹਨਾਂ ਟਾਈਮ ਜ਼ਿਆਦਾ ਉਹਨਾਂ ਜ਼ਿਆਦਾ ਟਾਈਮ ਲੱਗਦਾ। ਸੋ ਇਹ ਸੀ ਸਦਾਣਾ ਬ੍ਰਦਰ ਦੀ ਜਿਹੜੀ ਵਰਕਸ਼ਾਪ ਹੈ, ਔਰ ਇਹਨਾਂ ਦੇ ਕੋਲ ਬਹੁਤ ਕੁਛ ਹੈ, ਬੜੀ ਸਾਰੀ ਵਰਾਇਟੀ ਹੈ, ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਕਰ ਰਹੇ ਨੇ, ਔਰ ਸਭ ਤੋਂ ਵਧੀਆ ਜਿਹੜੀ ਮੈਨੂੰ ਗੱਲ ਲੱਗੀ ਹੈ ਸੂਚਮ ਹੈ, ਔਰ ਜੋ ਤੁਸੀਂ ਆਉਂਦੇ ਹੋ ਤੁਹਾਡਾ ਕੰਡਕਟ ਬਹੁਤ ਸੋਹਣਾ।